ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਵਾਰ ਫਿਰ ਵੱਡੀ ਖਬਰ ਆਈ ਹੈ। ਇੱਥੇ ਇੱਕ ਵਾਰ ਫਿਰ ਗੋਲੀਆਂ ਚੱਲੀਆਂ ਨੇ ਅਤੇ ਗੋਲੀਆਂ ਵੀ ਅੰਨੇ ਵਾਹ ਚਲਾਈਆਂ ਗਈਆਂ ਨੇ। ਇਹ ਗੋਲੀਆਂ ਦੇ ਨਿਸ਼ਾਨ ਥਾਂ ਥਾਂ ਬੱਕਰਪੁਰਾ ਇਲਾਕੇ 'ਚ ਦਿਖਾਈ ਦੇ ਰਹੇ ਨੇ। ਦਰਅਸਲ ਪਹਿਲੀ ਜਾਣਕਾਰੀ ਦੇ ਮੁਤਾਬਕ ਜੂਏ ਨੂੰ ਲੈ ਕੇ ਇਹ ਵਿਵਾਦ ਹੋਇਆ, ਜਿਸ ਤੋਂ ਬਾਅਦ ਇੱਕ ਪੱਖ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜੇਕਰ ਇਲਾਕੇ ਦੇ ਲੋਕਾਂ ਦੀ ਮੰਨੀਏ ਤਾਂ ਹਮਲਾਵਰਾਂ ਨੇ ਆਉਂਦੇ ਹੀ ਤਾੜ ਤਾੜ ਗੋਲੀਆਂ ਚਲਾਈਆਂ ਅਤੇ ਲੋਕ ਗੋਲੀਆਂ ਦੀ ਆਵਾਜ਼ ਸੁਣਦੇ ਹੀ ਦਹਿਲ ਗਏ। ਕੋਈ ਇੱਧਰ ਭੱਜਿਆ ਅਤੇ ਕੋਈ ਉੱਧਰ। ਇਸ ਹਮਲੇ ਦੇ ਵਿੱਚ 3 ਨਾਬਾਲਗ ਵੀ ਜ਼ਖਮੀ ਹੋਏ ਨੇ ਅਤੇ ਇਸ ਤੋਂ ਇਲਾਵਾ 1 ਮਹਿਲਾ ਅਤੇ 1 ਆਮ ਰਾਹਗੀਰ ਵੀ ਜ਼ਖਮੀ ਹੋ ਗਿਆ ਹੈ। ਜਦੋਂ ਜ਼ਖਮੀ ਰਾਹਗੀਰ ਤੋਂ ਪੁੱਛਿਆ ਗਿਆ ਤਾਂ ਉਸਦਾ ਕਹਿਣਾ ਸੀ ਕਿਸਦੀ ਲੜਾਈ ਹੋਈ, ਕਿਸਦਾ ਝਗੜਾ, ਉਸਨੂੰ ਕੁਝ ਨਹੀਂ ਪਤਾ। ਉਹ ਬਾਜ਼ਾਰ 'ਚੋਂ ਲੰਘ ਰਿਹਾ ਸੀ ਅਤੇ ਅਚਾਨਕ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਇਸ ਦੌਰਾਨ 1 ਗੋਲੀ ਉਸ ਤੋਂ ਵੀ ਆ ਲੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਪਹੁੰਚ ਗਈ, ਪਰ ਉਦੋਂ ਤੱਕ ਹਮਲਾਵਰ ਨਿਕਲ ਚੁੱਕੇ ਸੀ। ਪਹਿਲੀ ਜਾਣਕਾਰੀ ਦੇ ਮੁਤਾਬਕ ਇਹ ਵਿਵਾਦ ਜੂਏ ਦੇ ਪੈਸਿਆਂ ਨੂੰ ਲੈ ਕੇ ਹੋਇਆ ਹੈ। ਹਾਲਾਂਕਿ ਇੱਕ ਪੱਖ ਕਹਿ ਰਿਹਾ ਕਿ ਵਿਵਾਦ ਬੱਚਿਆਂ ਨੂੰ ਲੈ ਕੇ ਹੋਇਆ, ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ। ਇੱਕ ਨੌਜਵਾਨ ਦਾ ਇਲਜ਼ਾਮ ਹੈ ਕਿ ਹਮਲਾਵਰ ਉਸ ਨੂੰ ਫੋਨ ਕਰ ਰਹੇ ਨੇ, ਜਿਨ੍ਹਾਂ ਵਿੱਚ ਇੱਕ ਗੈਂਗਸਟਰ ਵੀ ਸ਼ਾਮਲ ਹੈ। ਉਹ ਹਮਲੇ ਤੋਂ ਬਾਅਦ ਵੀ ਫੋਨ ਕਰਕੇ ਉਹਨਾਂ ਨੂੰ ਧਮਕਾ ਰਿਹਾ ਕਿ ਉਹ ਗੋਲੀਆਂ ਮਾਰ ਕੇ ਕਤਲ ਕਰ ਦੇਗਾ। ਹਾਲਾਂਕਿ ਇਸ ਘਟਨਾ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਇਸ ਦਾ ਖੁਲਾਸਾ ਤਾਂ ਪੁਲਿਸ ਦੀ ਪੜਤਾਲ ਤੋਂ ਬਾਅਦ ਹੀ ਹੋਏਗਾ। ਪਰ ਫਿਲਹਾਲ 1 ਤੋਂ ਬਾਅਦ 1 ਗੋਲੀਆਂ ਦੀ ਘਟਨਾਵਾਂ ਦੇ ਨਾਲ ਅੰਮ੍ਰਿਤਸਰ ਪੁਲਿਸ ਵੀ ਨਿਸ਼ਾਨੇ 'ਤੇ ਹੈ। ਕੀ ਕਹਿ ਰਹੇ ਨੇ ਮੌਕੇ 'ਤੇ ਲੋਕ ਅਤੇ ਪੁਲਿਸ ਨੇ ਕੀਤੀ ਕੀ ਕਾਰਵਾਈ, ਆਓ ਤੁਹਾਨੂੰ ਦਿਖਾਉਂਦੇ ਹਾਂ। ਦੈਨਿਕ ਮੇਰ ਪੰਜਾਬੀ ਟੀਵੀ ਦੇ ਪੱਤਰਕਾਰ ਸੋਨੂੰ ਸੋਢੀ ਦੀ ਰਿਪੋਰਟ। ਮਹਾਰਾਜ ਆ ਦੋ ਮਾਮਲਾ ਕਿੱਥੇ ਲੈ ਕਰ, ਥੋੜ੍ਹੇ ਥੋੜ੍ਹੇ ਲੈ ਕਰ, ਮੋਬਾਈਲ ਤਾਂ ਲੈ ਕਰ ਯਾਰ, ਪਤਾ ਕਰ ਰਹੇ, ਪਤਾ ਕਰਕੇ ਦੱਸ। ਅਤੇ ਗੋਲੀ ਚੱਲੀ ਦੇ ਕਾਰਨ ਕੀ ਹੈ ਜੀ? ਮੈਨੂੰ ਦੀ ਲੜਾਈ ਕਿੰਨੇ ਰਾਉਂਡ ਫਾਇਰ ਹੋਇਆ ਜੀ? 3 ਦਿਹਾੜੇ। ਥੱਲੇ ਕਰੋ ਭਾਈ ਤੁਹਾਡਾ ਮੂੰਹ ਤੋਂ। ਕਿੰਨੇ ਗੋਲੀ ਚਲਾਈ ਹੈ? ਬੱਚਿਆਂ ਦੀ ਕਾਲ ਸੀ ਤੇ ਮੈਨੂੰ ਤਾਣੀ ਸ਼ਰਾਮ ਬਾਗ ਜੀ ਗੈਂਗਸਟਰ ਦਾ ਫੋਨ ਆ ਰਿਹਾ ਬਾਰ ਬਾਰ ਮੇਰੇ ਫੋਨ ਦੇ ਵਿੱਚ। ਆਹ ਦੇਖੋ ਜੀ, ਗੈਂਗਸਟਰ ਮੈਨੂੰ ਕਹਿ ਰਿਹਾ ਕਿ ਤੇਰੇ ਗੋਲੀਆਂ ਮਾਰਨੀਆਂ ਮੈਂ, ਤੇ ਹੁਣ ਵੀ 10-50 ਫੋਨ ਆ ਗਏ ਜੀ ਇਹਦੇ ਆ ਗੈਂਗਸਟਰ ਦੇ। ਸ਼ਰਾਮ ਬਾਗ ਜੀ ਤਾਣੀ ਸ਼ਰਾਮ ਬਾਗ ਜੀ ਆ ਤੇ ਰਿਤਿਕ ਲੋਰੀ ਗੇਟ ਤੋਂ ਆ ਵੀ ਸਮਗਲਰ ਜੇ ਸੀਏ ਸਟਾਫ 'ਚ ਇਹਨਾਂ ਦੇ ਪਰਚੇ ਚੱਲਦੇ ਨੇ ਤੇ ਮੇਰੀ ਮਾਤਾ ਦੇ ਨਿੱਕੇ ਨਿੱਕੇ ਬੱਚਿਆਂ ਦੇ ਗੋਲੀਆਂ ਚੱਲੀਆਂ ਨੇ। ਵਜ੍ਹਾ ਜੀ ਆ, ਵਜ੍ਹਾ ਨਿੱਕੇ ਨਿੱਕੇ ਬੱਚਿਆਂ ਦੀ ਲੜਾਈ ਆ ਜੀ। ਬੱਚਿਆਂ ਨੂੰ ਮੈਨੂੰ ਫੋਨ ਆ ਗੈਂਗਸਟਰਾਂ ਨਾਲ ਜੀ, ਭਾਈ ਆਪਾਂ ਤੁਹਾਨੂੰ ਇਹ ਕਰਨਾ ਵੋ ਕਰਨਾ, ਤੇਰੇ ਘਰ ਆ ਕੇ ਪੈਣ ਲੱਗਿਆ। ਦੇਖੋ ਜੀ 50-60 ਫੋਨ ਆ ਗਏ ਜੀ। ਕਿੰਨੇ ਬੰਦੇ ਸੀ? ਕਿੰਨੇ ਬੱਚੇ ਵੱਜੀ ਗੋਲੀ? ਕਿਹਦੇ ਵੱਜੀ ਗੋਲੀ? ਮੁੰਡਿਆ ਮੇਰਾ ਪੁੱਤਰ ਆ ਜਿਹੜਾ ਬੜਾ, ਹਾਂਜੀ ਉਹਦੇ 8ਵੀਂ ਚ ਪੜ੍ਹਦਾ ਜੀ। ਹਾਂਜੀ ਉਹਦੇ ਵੱਜੀ ਜਾ। ਕਿਹੜਾ ਇਲਾਕਾ ਹੈ? ਕਿੰਨੇ ਬੰਦੇ ਚਾਚਾ ਦੇ ਪਿਓ ਦੇ ਨਾ ਆਏ ਆ, ਇਹਨੇ ਚ ਮੁੰਡਾ ਆਇਆ ਵਾ। ਕਿਹੜਾ ਮੁੰਡਾ? ਰਿਤਿਕ ਮਲਹੋਤਰਾ ਤੇ ਉਹ ਕੀ ਉਹਨਾਂ ਨਾਮ ਆ, ਦਾਨੀ ਸ਼ਰਾਮ ਬਾਗ ਦਾ, ਦਾਨੀ ਸ਼ਰਾਮ ਬਾਗ ਦਾ ਤੇ ਬਾਕੀ ਹੋਰ ਮੁੰਡੇ ਸੀਗੇ। ਇਹਨੇ ਚ ਆਏ, ਉਹਨਾਂ ਨੇ ਥਾੜ ਥਾੜ ਗੱਲ ਵੀ ਨੀ ਕਰਦੇ ਤੇ ਥਾੜ ਥਾੜ ਕਰਕੇ ਮੇਰੀ ਭੈਣ ਦੀ ਵੱਖੀ ਚ ਵੱਜ ਗਈ ਤੇ ਇੱਕ ਬੱਚੇ ਦੇ ਪਿੱਠ ਚ ਵੱਜ ਗਈ ਆ, ਤੇ ਇੱਕ ਇਹਨਾਂ ਦੇ ਬੱਚੇ ਦੇ ਪਤਾ ਨੀ ਕਿੱਥੇ ਵੱਜ ਗਈ, ਲੱਕ ਤੇ ਵੱਜ ਗਈ। ਇੱਕ ਬੱਚੇ ਦੀ ਦੋਨੇ ਪਿੱਠਾਂ ਦੇ ਵੱਜੀਆਂ ਜੀ ਗੋਲੀਆਂ। ਅਤਰਾ ਆ ਜਾਂਦੇ ਕੀ ਵਜ੍ਹਾ ਕੀ ਮਾਰਨ ਦਾ ਕਰਨਗੇ? ਵਜ੍ਹਾ ਬੱਚੇ ਬੱਚੇ ਜਿਹੜੇ ਬੱਚੇ ਲੜੇ ਆ ਛੋਟੇ ਛੋਟੇ ਨਿੱਕੇ ਨਿੱਕੇ ਬੱਚੇ। ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ? ਮੰਗ ਇਹੀ ਕਰਨੇ ਕਿ ਸਾਨੂੰ ਇਨਸਾਫ ਦਿੱਤਾ ਜਾਏ, ਬੱਚੇ ਦੇ ਛੋਟੇ ਛੋਟੇ ਲੜਦੇ ਹੀ ਰਹਿੰਦੇ ਆ ਤੇ ਪਰ ਇਹ ਥੋੜਾ ਹੁੰਦਾ ਕਿ ਬੱਚਿਆਂ ਦੇ ਬੱਚਿਆਂ ਤੋਂ ਆਪਾਂ ਗੋਲੀਆਂ ਚਲਾਉਣ ਲੱਗ ਪਵਾਂਗੇ। ਜਿਹੜਾ ਰਿਤਿਕ ਆ ਕਿਲੋਆਂ ਦੇ ਹਿਸਾਬ ਨਾਲ ਉਹਦੀ ਸਨੈਕ ਵੇਖਦੀ ਆ, ਇਹਨਾਂ ਦੀ ਦੋ ਵਾਰੀ ਰਿਤਿਕ ਦੀ ਤੇ ਆਉਂਦੀ ਰਾਮਬਾਗ ਵਾਲੇ ਮੁੰਡੇ ਦੀ, ਦਾਨਿਸ਼ ਦੀ ਕਿਲੋਆਂ ਦੇ ਹਿਸਾਬ ਨਾਲ ਦੋ ਨੰਬਰ ਦੇ ਇਹਨਾਂ ਨੇ ਪਿਸਟਲ ਲਿੱਤੇ ਹੋਏ ਆ।
काफी गोलियां चलिया जी नहीं मेरी कुछ नहीं सी मैं तो नंगदा पिया सी मेरी कोई जान पहचान नहीं हां जी नहीं मेनू नहीं पता जी नीरे ओ मुंडा ना जुआ होंदा सी भद्रकाली उत्थे मुंडा जितया ते दूजे मुंडे ने मंगया 20 रुपए उन्हें दिते नहीं चपेट मारी उन्हें फिर तो दानिश ते रितिक दी लड़ाई हुई उन्हें दानिश नु कीता दानिश जीजा मुंडे दा हाँ जी लड़ाई दा कारण नहीं ते 20 रुपए मंगदा है ते 20 रुपए नहीं मिले लक्की दे मुंडे दा नाम गोरा जिहदे मुंडे नाल लड़ाई हुई वह मुंडे दा नाम गोरा उन्हें बुलाया अपने जीजे नु दानिश नु ते फिर चमत्कार हुंदे ने देखो अपनियां अखां सामने तीन घंटे च हर परेशानी दा हल पाओ सत इलमां दे माहिर दिवांशु जोशी मेरे कीते नू कोई कट नहीं सकदा कट्टन वाले नू मूंह मंगिया इनाम परेशानी जिवें मनचाहा प्यार पति पत्नी चनबन काले जादू दा खात्मा बीमारी दवा ना लगना वशीकरण करवाओ जिस नू चाहे उस नू अपने वस च करो लाटरी नंबर पाओ भावें 649 होवे जां लोटोमैक्स धोखेबाज प्रेमी प्रेमिका सौतन दुश्मन नू अपनियां अखां सामने तड़फदा वेखो 7082844950 पंडित एम के शर्मा फीस नहीं इनाम लवांगा धोखा नहीं कम करांगा माता रानी ने चाहिया ता खून दे हंजू नहीं आन देवांगा पंडित मौलवी तो विश्वास खो चुके एक बार जरूर अजमाओ पंडित एम के शर्मा प्रेमी प्रेमिका नु मिलाना सौतन दुश्मन तो छुटकारा विदेश यात्रा च रुकावट माता पिता नु मनाना एक बार मिलाओ फोन ते जरूर अजमाओ अपनी किस्मत करो संपर्क 97793995956